5 ਸਾਲ ਦੀ ਉਮਰ 'ਚ ਇਹ ਬੱਚਾ ਇੰਨੀ ਛੋਟੀ ਆਯੂ ਦੇ ਵਿੱਚ ਕਿਹੜੇ ਪ੍ਰੇਮ ਦੇ ਵਿੱਚ ਇੰਨਾ ਤੜਪ ਰਿਹਾ ਸੀ, ਇਹ ਕਿਸ ਤੀਬਰਤਾ ਨਾਲ ਆਪਣੇ ਪਰਮ ਲਕਸ਼ ਵੱਲ ਭੱਜਿਆ ਜਾ ਰਿਹਾ ਰਾਤ ਨੂੰ। ਔਰ ਫਿਰ ਖੂਹ ਦੀ ਮਨ ਦੇ ਉੱਤੇ ਮੌਤ ਦੇ ਮੂੰਹ ਦੇ ਵਿੱਚ ਸਮਾਧੀ ਲਾ ਕੇ ਬੈਠ ਜਾਂਦਾ ਹੈ। ਸਾਧ ਜੀ, ਇਹ ਕੋਈ ਨਵੀਂ ਗੱਲ ਨਹੀਂ, ਹਰ ਯੁੱਗ ਯੁੱਗ ਭਗਤ ਪਾਇਆ ਭੈਜ ਰੱਖਦਾ ਆਇਆ ਰਾਮ ਰਾਜ। ਜੇ ਧਰੂ 5 ਸਾਲ ਦੀ ਉਮਰ ਦੇ ਵਿੱਚ ਜੰਗਲ 'ਚ ਮੌਤ ਦੇ ਮੂੰਹ 'ਚ ਤੁਰ ਪਿਆ ਹੈ, ਜੇ ਮੌਤ ਦੀ ਧੇਲੇ ਦੀ ਪਰਵਾਹ ਨਹੀਂ ਕਰਦਾ ਪ੍ਰਹਿਲਾਦ ਭਗਤ, ਉਹ ਵੀ 5 ਸਾਲ ਦੀ ਉਮਰ 'ਚ। ਇਹ 5 ਸਾਲ ਦੀ ਉਮਰ 'ਚ ਗੁਰੂ ਨਾਨਕ ਪਾਤਸ਼ਾਹ ਦਾ ਮਹਾਨ ਆਗਮਨ, ਮੌਤ ਦੇ ਮੂੰਹ ਦੇ ਵਿੱਚ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਨਾਲ ਪਿਆਰ ਕਰਦਾ ਹੈ। ਔਰ ਜੇ ਪੁੱਛਿਆ ਹੈ ਕਿ ਜ਼ਰਾ ਕੁ ਨੀਂਦ ਦਾ ਚੌਂਕਾ ਆ ਜਾਏ ਤਾਂ ਖੂਹ 'ਚ ਡਿੱਗਣ ਵਾਲੀ ਗੱਲ ਹੈ, ਜਵਾਬ ਦਿੱਤਾ ਹੈ ਜੇ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਨੀਂਦ ਆ ਜਾਏ ਤਾਂ ਫਿਰ ਤਾਂ ਖੂਹ 'ਚ ਡਿੱਗ ਕੇ ਮਰਨਾ ਜ਼ਿਆਦਾ ਚੰਗਾ ਹੈ। ਇਹ ਕਿਸ ਤਰ੍ਹਾਂ ਦਾ ਪ੍ਰੇਮ ਹੈ ਜੋ ਇਹ 5 ਸਾਲ ਦਾ ਗੁਰੂ ਨਾਨਕ ਪਾਤਸ਼ਾਹ ਦਾ ਭੇਜਿਆ ਹੋਇਆ ਪਦਾਸ਼ੀ ਭਗਤ ਗੁਰਮੁਖ ਉਸ ਵੇਲੇ ਪ੍ਰੇਮ ਕਰ ਰਿਹਾ ਹੈ, ਜਿਹੜਾ ਪ੍ਰੇਮ ਦੀ ਲੀਲਾ ਇਹ ਰਚ ਰਿਹਾ ਹੈ ਗੁਰੂ ਨਾਨਕ ਦੇ ਪਿਆਰ ਦੇ ਵਿੱਚ। ਸਾਧ ਸੰਗਤ ਜੀ, ਦੂਜਾ ਸਵਾਲ ਇਹ ਪੈਦਾ ਹੁੰਦਾ ਹੈ, ਇਹ ਨੀਂਦ ਬੜੀ ਹੈਰਾਨੀ ਦੀ ਗੱਲ ਹੈ, ਇਹ ਇੱਕ ਪਹਿਲੀ ਹੀ ਚੀਜ਼ ਹੈ ਇਸ ਦੁਨੀਆ ਦੇ ਵਿੱਚ ਕਿ ਕਿਸੇ ਨੇ ਸਾਰੀ ਉਮਰ ਬਾਬਾ ਨੰਦ ਸਿੰਘ ਸਾਹਿਬ ਨੂੰ ਸੁੱਤਿਆਂ ਨਹੀਂ ਦੇਖਿਆ, ਕਦੀ ਸੁੱਤਿਆਂ ਪਿਆ ਨਹੀਂ ਦੇਖਿਆ। ਇਹ ਠੀਕ ਹੈ, ਅਸੀਂ ਪੜ੍ਹਦੇ ਹਾਂ ਬ੍ਰਹਮ ਗਿਆਨੀ ਸਦਾ ਸਦ ਜਾਗਤ, ਪਰ ਜਿਹੜਾ ਪ੍ਰੇਮ ਦੇ ਵਿੱਚ ਤੜਪ ਰਿਹਾ ਹੋਵੇ, ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਰਾਤ ਨੂੰ ਕਿਸ ਤਰ੍ਹਾਂ ਆਪਣੇ ਸਾਹਿਬ ਸਤਿਗੁਰੂ ਵਾਸਤੇ, ਆਪਣੇ ਪਿਆਰੇ ਸਤਿਗੁਰੂ ਵਾਸਤੇ ਇਸ਼ਨਾਨ ਦਾ ਜਲ ਲਿਆਉਂਦੇ ਹਨ, ਕੀ ਸਖਤ ਗਰਮੀ ਹੈ ਕੀ ਸਖਤ ਸਰਦੀ ਹੈ, ਉਹਦੇ ਵਿੱਚ ਪੁੱਠੇ ਪੈਰੀਂ ਤੁਰੇ ਜਾ ਰਹੇ ਹਨ। ਸਾਹਿਬ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਇੱਕ ਤਿਲ ਪਿਆਰਾ ਵਿਸਰੈ ਭਗਤ ਕੰਨੇ ਹੀ ਹੋਏ, ਮਨ ਤਨ ਸੀਤਲ ਸਾਚ ਸਿਉਂ ਸਾਸ ਨਾ ਬਿਰਥਾ ਕੋਏ, ਇੱਕ ਛਿੰਨ ਵੀ ਪਿਆਰਾ ਵਿਸਰ ਜਾਏ ਤਾਂ ਉਹ ਕਿਹੜੀ ਭਗਤੀ ਕਿਹੜਾ ਪ੍ਰੇਮ, ਮੇਰਾ ਮਨ ਤਨ ਰੰਗਿਆ ਪਿਆ ਪਿਆਰੇ ਦੇ ਪ੍ਰੇਮ ਦੇ ਵਿੱਚ ਰਤਿਆ ਪਿਆ ਹੈ, ਇੱਕ ਸਵਾਸ ਵੀ ਬਿਰਥਾ ਨਹੀਂ ਜਾ ਸਕਦਾ। ਗੁਰੂ ਅਮਰਦਾਸ ਜੀ ਹੀ ਸੱਚੇ ਪਾਤਸ਼ਾਹ ਓਡਾ ਪ੍ਰੇਮ ਕਰ ਸਕਦੇ ਆ ਜਿਸ ਪ੍ਰੇਮ ਦਾ ਸਰੂਪ ਗੁਰੂ ਅੰਗਦ ਸਾਹਿਬ ਹਨ। ਗੁਰੂ ਅੰਗਦ ਸਾਹਿਬ ਨੇ ਕੈਸਾ ਪ੍ਰੇਮ ਕੀਤਾ ਹੈ, ਗੁਰੂ ਨਾਨਕ ਨਿਰੰਕਾਰ ਦੇ ਇਲਾਵਾ ਉਹਨਾਂ ਵਾਸਤੇ ਕੋਈ ਹੋਰ ਪਰੇ ਵੀ ਨਿਰੰਕਾਰ ਹੈ। ਸਾਧ ਸੰਗਤ ਜੀ, ਜਿਸ ਪਿਆਰੇ ਸਿਉਂ ਨੇਹੋਂ ਤਿਸ ਆਗੇ ਮਰ ਚੱਲੀਏ, ਤ੍ਰਿਕ ਜੀਵਨ ਸੰਸਾਰ ਤਾਕੇ ਪਾਛੇ ਜੀਵਨ, ਇਹ ਗੁਰੂ ਅੰਗਦ ਸਾਹਿਬ ਫਰਮਾਉਂਦੇ ਹਨ। ਇੱਕ ਨਾਲ ਹੀ ਪਿਆਰ ਹੈ, ਉਹ ਹੈ ਗੁਰੂ ਨਾਨਕ ਪਾਤਸ਼ਾਹ। ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਦਫ਼ਾ ਫਰਮਾਇਆ ਕਿ ਬੜੀਆਂ ਗੱਲਾਂ ਮਾਰਦਾ ਹੈ ਕਿ ਪੱਤੇ ਪੱਤੇ ਔਰ ਕੰਨ ਕੰਨ ਵਿੱਚ ਨਿਰੰਕਾਰ ਹੈ, ਜੇ ਆਪਣੇ ਸਤਿਗੁਰੂ ਵਿੱਚ ਨਿਰੰਕਾਰ ਨਹੀਂ ਦਿਸਦਾ ਤਾਂ ਤਸੱਲੀ ਰੱਖੇ ਪ੍ਰਾਪਤੀ ਬਹੁਤ ਦੂਰ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਨਾਲ ਪਿਆਰ ਕਰ ਰਹੇ ਹਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਔਰ ਜਿਸ ਪਿਆਰ ਦੇ ਵਿੱਚ ਕੀ ਮਜਾਲ ਹੈ, ਨਾ ਕੋਈ ਹੋਰ ਪਰੇ ਨਿਰੰਕਾਰ ਹੈ ਨਾ ਕੋਈ ਸੰਸਾਰ ਹੈ, ਸਿਰਫ ਇੱਕੋ ਇੱਕ ਪਿਆਰ ਹੀ ਪਿਆਰ ਹੈ, ਪ੍ਰੇਮ ਹੀ ਪ੍ਰੇਮ ਹੈ, ਉਹ ਸੀ ਗੁਰੂ ਅੰਗਦ ਸਾਹਿਬ। ਉਸ ਪ੍ਰੇਮ ਦੇ ਵਿੱਚ ਔਰ ਜਿਸ ਨਿਮਰਤਾ 'ਚ ਗੁਰੂ ਨਾਨਕ ਪਾਤਸ਼ਾਹ ਨਾਲ ਪ੍ਰੇਮ ਕੀਤਾ ਹੈ, ਜਿਸ ਨਿਮਰਤਾ 'ਚ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣੇ ਹਨ, ਗੁਰੂ ਨਾਨਕ ਹੋ ਨਿਬੜੇ, ਗੁਰੂ ਅਮਰਦਾਸ ਜੀ ਜਿਸ ਤਰ੍ਹਾਂ ਪ੍ਰੇਮ ਕਰ ਰਹੇ ਹਨ, ਅਤੇ ਸਾਧ ਸੰਗਤ ਜੀ, ਇਹ ਭਗਤ ਕਿਹਨਾਂ ਨੇ ਭੇਜਿਆ ਹੈ, ਇਹ ਗੁਰਮੁਖਾਸ਼ਕ ਕਿਹਨਾਂ ਨੇ ਭੇਜਿਆ ਹੈ, ਉਹੀ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਸਾਹਿਬਾਨ ਨੇ ਭੇਜਿਆ ਹੈ, ਜਿਸ ਨੇ ਓਪਨਲੀ ਇਹ ਜਤਾਇਆ ਕਿ ਦਸਾਂ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹ ਦਸਾਂ ਪਾਤਸ਼ਾਹੀਆਂ ਦੇ ਪ੍ਰੇਮ ਨੂੰ, ਉਹਨਾਂ ਦੀ ਵਡਿਆਈ ਨੂੰ, ਉਹਨਾਂ ਨੂੰ ਜਿਸ ਤਰ੍ਹਾਂ ਫਿਰ ਬਾਬਾ ਨੰਦ ਸਿੰਘ ਸਾਹਿਬ ਨੇ ਸਤਿਕਾਰਿਆ ਹੈ, ਪਿਆਰਿਆ ਹੈ, ਨਿਹਾਰਿਆ ਹੈ ਅਤੇ ਪ੍ਰਗਟ ਕੀਤਾ ਹੈ, ਕਮਾਲ ਹੀ ਕਮਾਲ ਹੈ।
ਉਹ ਪ੍ਰੇਮ ਹੈ ਉਸ 5 ਸਾਲ ਦੇ ਬੱਚੇ ਦਾ। ਉਸ ਵੇਲੇ ਐਂ ਪਾਸਦਾ ਹੈ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ, ਜਿਸ ਤਰ੍ਹਾਂ ਉਹ ਪੂਰਨੇ ਪਾਏ ਸੀ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨਾਲ ਪ੍ਰੇਮ ਕੀਤਾ ਹੈ, ਉਹ ਸਭ ਕੁਛ, ਉਹ ਬਖਸ਼ਿਸ਼ਾਂ ਆਪਣੇ ਚਰਨ ਕਮਲਾਂ ਦੇ ਆਸ਼ਕ ਨੂੰ, ਇਸ ਮਹਾਨ ਗੁਰਮੁਖ ਨੂੰ, ਇਸ ਮਹਾਨ ਭਗਤ ਨੂੰ, ਉਹ ਦਾਤਾ ਨਾਲ ਉਹ ਚੋਲੀ ਪਰਤੀ ਸੀ। ਸਾਹਿਬ ਆਉਂਦੇ ਹਨ ਔਰ ਆ ਕੇ ਫਿਰ ਕਿਸ ਤਰ੍ਹਾਂ ਪੂਰਨੇ ਪਾਉਂਦੇ ਹਨ। 5 ਸਾਲ ਦੀ ਉਮਰ 'ਚ ਬਾਬਿਆਂ ਕੌਤਕ ਇੱਕ ਦਿਖਲਾਇਆ, ਕੀਤਾ ਬਾਬਾ ਜੀ।
ਰੂਪ